ਟਾਪਣ ਨਹੀਂ ਟੁੱਟ ਰਿਹਾ ਜੀ ਹੁਣ ਚਲੋ ਰੋਟੀ ਲਾਉਣ ਲੱਗੇ ਤੇਰੇ ਹੱਥ ਦੁੱਖ ਦੇ ਨੋਟ ਫੁੱਕਣੇ ਤੇ ਬਹਾਨਾ ਟੋਲਣਾ ਬਾਕੀ ਤੁਸੀਂ ਆਹ ਲਾਈਨਾਂ ਸੁਣ ਚੁੱਕੇ ਹੋ ਗਾਣੇ 'ਚ ਸਹੀ ਗੱਲ ਹੈ ਸੁਣ ਚੁੱਕੇ ਤੁਸੀਂ ਦੱਸਣਾ ਵੀ ਗਾਣਾ ਤੁਹਾਨੂੰ ਕਿੱਦਾਂ ਦਾ ਲੱਗਾ ਅਤੇ ਕੁਦਰਤੀ ਗੱਲ ਆ ਦਾਰੂ ਦਾਰੂ ਹੀ ਵੀ ਆ ਗਾਣਿਆਂ 'ਚ ਦਾਰੂ ਦੂਰੂ ਨੂੰ ਹੱਥ ਜਮ੍ਹਾਂ ਨਹੀਂ ਹੁੰਦੇ ਵੈਸੇ ਅੱਜ ਕੱਲ੍ਹ ਆਰਟਿਸਟ ਜ਼ਿਆਦਾ ਆ ਅਤੇ ਟਾਈਮ ਲੱਗ ਜਾਂਦਾ ਮੇਕਅਪ ਤੋਂ ਜ਼ਿਆਦਾ ਬਾਕੀ ਸ਼ੂਟ ਵਧੀਆ ਹੋ ਰਿਹਾ ਅਤੇ ਤੁਸੀਂ ਜਿਹੜਾ ਹੁਣ ਚੁੰਨੀ ਦਾ ਸੀਨ ਦੇਖ ਕੇ ਹਟੇ ਹੋ ਉਹ ਆਪਾਂ ਹੁਣ ਫਿਲਮਾਂ ਲੱਗੇ ਹਾਂ ਉਹ ਤੁਹਾਨੂੰ ਹੁਣ 5 ਮਿੰਟ ਬਾਅਦ ਅਗਲੇ ਸ਼ੋਟ 'ਤੇ ਦਿਖਾਉਂਦੇ ਹਾਂ ਵੀ ਕਿੱਦਾਂ ਸ਼ੂਟ ਕੀਤਾ ਜੀ ਆਪਾਂ ਜੇ ਸਾਨੂੰ ਪੈਕ ਲਵੋ ਤਾਂ ਹੀ ਫੇਮਸ ਹੋਣਾ ਕਿਉਂਕਿ ਗਾਣੇ ਦਾ ਨਾ ਹੀ ਤੁਸੀਂ 5 ਪੈਕ ਨਾ ਰੱਖਦੇ ਸਰ ਨੂੰ ਪੁੱਛੋ ਸਰ ਕਿੰਨੇ ਪੈਕ ਲਵਾ ਰਹੇ ਹੋ ਜੀ
ਪੇਟੀ ਤਿੰਨ ਪੇਟੀਆਂ ਮੰਗਾਈਆਂ ਹੁਣ ਤੁਹਾਡੀ ਕਪੈਸਿਟੀ ਖਾਲੀ ਕਿ ਕਿੰਨਾ ਖਾਲੀ ਕਿ ਭਰੀ ਆ ਜੀ ਅੱਜ ਤੱਕ ਖਾਲੀ ਮੰਗਾਈਆਂ ਪਹਿਲਾਂ ਮੈਗੀ ਮੰਗਾ ਬਜਟ ਘੱਟ ਪਿਆ ਤੁਹਾਨੂੰ ਦੱਸੋ ਹੈ ਗਾਣਾ ਹੋ ਗਿਆ ਪਾਣੀ ਸ਼ੂਟ ਪਹਿਲਾਂ ਖੋਨ ਪੀਂਦੀ ਲੋ ਜੀ ਗਾਣਾ ਤੁਸੀਂ ਦੇਖ ਲਿਆ ਸਾਰਿਆਂ ਨੇ ਚਲੋ ਵੈਸੇ ਵੀ ਖੋਨ ਪੀਂਦੀ ਆ ਸ਼ੂਟਿੰਗ ਤੇ ਬਹੁਤ ਖੋਨ ਪੀਂਦੀ ਨਹੀਂ ਮੈਂ ਕੋਈ ਖੂਨ ਨਹੀਂ ਪੀਤਾ ਜਸਪ੍ਰੀਤ ਸਰ ਨੇ ਕਿਹਾ ਸੀ ਜੋ ਅੱਛਾ ਜਸਪ੍ਰੀਤ ਸਰ ਨੇ ਕਿਹਾ ਸੀ ਖੋਨ ਪੀੜਾ ਕੱਲ ਖੋਨ ਪੀਤਾ ਖੂਨ ਪੀਣ ਦੇ ਇਹਨਾਂ ਨੂੰ ਪੈਸੇ ਦਿੱਤੇ ਆ ਇਹਨਾਂ ਨੇ ਖੂਨ ਪੀਤਾ ਇਹਨਾਂ ਨੂੰ ਪੈਸੇ ਕੋਕ ਵੀ ਪੀਤਾ ਜਾ ਮੇਰੇ ਨਾਲ ਪਹਿਲਾਂ ਕੋਈ ਸਲਾਹ ਨਹੀਂ ਹੋਈ ਖੂਨ ਪੀਣ ਦੀ ਇਹ ਔਨ ਦਾ ਸੈਟ ਸੀ ਜੋ ਵੀ ਸੀ ਪਰ ਓਵਰਆਲ ਬਹੁਤ ਵਧੀਆ ਮੰਨ ਲੈਂਦੇ ਤੁਸੀਂ ਇਹਨਾਂ ਦੇ ਪੁਰਾਣੇ ਗਾਣੇ ਨੂੰ ਪੰਜ ਬੈਗ ਨੂੰ ਵੀ ਬਹੁਤ ਪਿਆਰ ਦਿੱਤਾ ਤੇ ਉਮੀਦ ਆ ਗਾਣੇ ਨੂੰ ਵੀ ਬਹੁਤ ਜ਼ਿਆਦਾ ਪਿਆਰ ਦੋ ਕਿਤੇ ਉਸ ਤੋਂ ਬਾਅਦ ਵੀ ਹੋਰ ਗਾਣਿਆਂ ਨੇ ਉਹਨਾਂ ਨੂੰ ਵੀ ਤਾਂ ਤੂੰ ਉਹ ਪਿਆਰ ਦੇਣਾ ਹੀ ਆ ਤੁਸੀਂ ਇਹ ਵੀ ਪੈਕ ਦੀ ਗੱਲ ਹੀ ਆ ਇਹ ਪੈਕ ਦੀ ਗੱਲ ਹੈ ਪਕੈਂਡਾ